सब्सक्राइब करो पंजाबी रील टीवी। हेलो जी, माय नेम इज सनमीत सिंह एंड शी इज दिलप्रीत कौर। सत श्री अकाल गाइस। कोक स्टूडियो दियां वीडियोस आपां काफी टाइम हो गया कोई देखी नहीं, क्योंकि आपां करतारपुर साहब दियां वीडियोस विच बिजी हो गए, वीलॉग्स विच बिजी हो गए, करतारपुर साहब विजिट करन विच बिजी हो गए, ते दैट्स वाई जिहड़ियां कोक स्टूडियो विच ही रह गया। सो इस लई अज एक वीडियो ते रिएक्शन जो कि कोक स्टूडियो तो बिलोंग करदी है, जिहदा नाम हैगा हीरे राहत फतेह अली खान एंड एमा बेग। ठीक है जी, दोनों नूं आपां ऑलरेडी सुनिया होया। हाँ जी, ठीक है। जिहड़े मैनूं वधिया लगदे आ राहत अली फतेह अली खान। हाँ जी हाँ जी, मैं राहत अली फतेह कहता, गलत कहता, अली फतेह इहदा खामियाजा होंदा ना, इहदा खामियाजा तुहानूं भुगतना पएगा। खामियाजा, इहदा भी खामियाजा भुगतना पएगा, क्योंकि इह भी तुसीं खाम इदां कीता। चलो बाद दी गल आ, फिर करदे इहनां बारे गल। बड़े कहने या मैं, थैंक यू सो मच। सो वीडियो करते हैं शुरू, पर उस तो पहले अपने चैनल को करो सब्सक्राइब, हट का बैल आइकन एज वैल, तो जो नोटिफिकेशन साडे फोन आते तो आए मिलन, जिमें दुध चो मलाई निकल के आँदी है जो ठंडा हो जाता उबाला दवा के। ठीक है, सो वीडियो करिए शुरू। ठीक, लेट गेट स्टार्टेड। कोक स्टूडियो 12, तो क्योंकि काफ़ी टाइम बाद सुनने लगी हैं इसलिए मैं हैगा एक्साइटेड। रबाब है, मतलब रबाब दी टाइप है, पर गिटार भी है ना, की सिस्टम है? नवी नवी इंस्ट्रूमेंट जी आ गए, रबाब प्लस गिटार दा कॉम्बिनेशन। वाओ यार, आय हाय तो डीपर ही हो जाए, अमेजिंग, रोमांटिक है ना ये ट्यून। कोई लफ्ज नहीं इन्हां लई। सुन हीरे, ओए ओए, ताल किन्नी सोहणी है। यार ये कंपोजिशन किवें बनाते हैं, मैं तो हैरान हाँ भी इन्ने सोंग आ चुके हैं, तो जो ये सोचते होने भी नवी कोई कंपोजिशन सेम होंगी होनी है ना पुराने नाल, पर फिर भी वो वक्री बना कि ट्राई करते हैं। थोड़ा मैच हो रहा, एक सोंग पता नहीं केड़ा सोंग है, मैंने याद आ, माड़ा मोटा ही कह रहे हैं, कुछ ना कुछ थोड़ी सिमिलरिटी आ जाती है। हूँ एम ए गाऊगी, जो मैन ऑफ द मैच हों ना, आ इंस्ट्रूमेंट अज का दिल है गया।
नेहा कक्कड़ वर्गी आवाज लग रही है ना अज कि नहीं मैनू लगा थोड़ा जहा वो थोड़ा उवें जो बोली पर उवें ਪਹਿਲਾ ਸੌਂਗ ਕਿਹੜੀ ਫੀਲ ਸੀ ਹੁਣ ਥੋੜਾ ਰੌਕ ਰੌਕ ਜੀ ਪਰਫਾਰਮੈਂਸ ਲੱਗਣ ਲੱਗ ਗਈ ਨਾ ਜਿਹਦਾ ਸੌਂਗ ਦੀ ਪੂਰੀ ਜੈਨਰ ਹੀ ਚੇਂਜ ਹੋ ਗਿਆ ਪੂਰੇ ਹੀ ਬਿਲਕੁਲ ਆਵਾਜ਼ ਲੱਗ ਗਿਆ ਉਹਦੇ ਨਾਲ ਮੈਨੂੰ ਪਤਾ ਨਹੀਂ ਕਿਉਂ ਸੇਮ ਲੱਗੀ ਕਿਉਂਕਿ ਉਹ ਉੱਦਾਂ ਤਾਂ ਬੋਲਦੀ ਹੈ ਨਾ ਓਏ ਹੋਏ Amazing. Oh, sorry. Amazing yaar oh what a stop ਮੈਨੂੰ ਲੱਗਿਆ ਸੀ ਐਂਡ ਤੇ ਕੋਈ ਸਰਗਮ ਜਾਂ ਫਿਰ ਕੋਈ ਗਰਾਰੀ ਜੀ ਮਾਰ ਕੇ ਬੰਦ ਕਰਨਗੇ ਪਰ ਇਹਨਾਂ ਨੇ ਪੂਰਾ ਇੱਕ ਸਿੰਪਲ ਜਿਹਾ ਕਿੱਦਾਂ ਪਾਜ਼ ਦੇ ਕੇ ਇਹਨਾਂ ਨੇ ਸਟਾਪ ਕੀਤਾ ਸੌਂਗ ਨੂੰ ਮੈਨੂੰ ਸਮਝ ਸੌਂਗ ਸੋਚਦੀ ਰਹੀ ਕਿਹੜਾ ਹੀਰੇ ਐਸਾ ਕਿਆ ਗੁਨਾ ਕੀਆ ਦਿਲ ਹਾਂ ਉਹ ਟੋਨ ਆ ਰਹੀ ਸੀ ਮੈਂ ਤੁਹਾਨੂੰ ਕਹੀ ਨਹੀਂ ਐਸਾ ਕਿਆ ਗੁਨਾ ਕੀਆ ਜੋ ਲੁੱਟ ਗਏ ਹਾਂ ਕਿਉਂ ਉਹ ਰਾਗ ਓਵਲ ਹੈ ਨਾ ਹਾਂਜੀ ਤਾਂ ਕਰਕੇ ਬਹੁਤ ਮਜ਼ਾ ਆਇਆ ਸੁਣ ਕੇ ਵੀਡੀਓ ਪੂਰਾ ਮਤਲਬ ਸੈਡ ਸੌਂਗ ਹਾਂ ਸ਼ੁਰੂ ਤੋਂ ਜਿਵੇਂ ਸੈਡ ਜਿਹਾ ਲੱਗਾ ਮਜ਼ਾ ਆ ਜਾਂਦਾ ਸੀ ਕੋਕ ਸਟੂਡੀਓ ਤੇ ਇਹੀ ਤਾਂ ਖਾਸੀਅਤ ਹੈ ਕਿ ਵਿੱਚ ਪਤਾ ਨਹੀਂ ਲੱਗਦਾ ਇਹ ਕੀ ਕੁਝ ਕਰ ਦਿੰਦੇ ਆ ਮੈਨੂੰ ਰੀਮਿਕਸ ਨਹੀਂ ਮਿਲ ਮੈਨੂੰ ਜੇ ਸੈਡ ਸੌਂਗ ਹੈ ਨਾ ਤਾਂ ਮੈਨੂੰ ਹੁੰਦਾ ਵੀ ਪੂਰਾ ਸੈਡ ਸੌਂਗ ਹੋਵੇ ਹਾਂ ਓਨੈਸਟਲੀ ਸੇਇੰਗ ਮੈਨੂੰ ਵੀ ਅੱਜ ਉਹੀ ਚੀਜ਼ ਥੋੜੀ ਲੱਗੀ ਮੈਨੂੰ ਵੀ ਜੇ ਪਹਿਲਾਂ ਵਾਂਗੂ ਚੱਲਦਾ ਰਹਿੰਦਾ ਨਾ ਉਹ ਜ਼ਿਆਦਾ ਕਹਿ ਰਿਹਾ ਸੀ ਜੋ ਐਮਬੇਗ ਆ ਗਈ ਉਹਨੇ ਟੋਨ ਹੀ ਚੇਂਜ ਹਾਂ ਉਹ ਜਿੱਦਾਂ ਪਹਿਲਾਂ ਇੱਕ ਕਲਾਸੀਕਲ ਜੀ ਲੁੱਕ ਆ ਰਿਹਾ ਸੀ ਕਿਉਂਕਿ ਇੱਕ ਰਾਹਤ ਫਤਿਹ ਅਲੀ ਖਾਨ ਦਾ ਇੱਕ ਬਣਿਆ ਹੋਇਆ ਜਿੱਦਾਂ ਕਹਿ ਰਹੇ ਨਾ ਇੱਕ ਔਰਾ ਹੁੰਦਾ ਹੈ ਨਾ ਇੱਕ ਬਣਿਆ ਵੀ ਉਹ ਇਸੇ ਫੀਲ ਵਿੱਚ ਰਹਿੰਦੇ ਆ
ਤੇ ਜਦੋਂ ਐਮਾ ਬੇਗ ਜਦੋਂ ਵਿੱਚ ਐਂਟਰ ਹੋਈ ਤਾਂ ਉਹਨੇ ਜਿਹੜਾ ਸੌਂਗ ਦੀ ਫੀਲ ਹੀ ਚੇਂਜ ਕਰਤੀ ਸਾਰੀ ਹਨਾ। ਉਸ ਤੋਂ ਬਾਅਦ ਹੁਣ ਐਂਡ ਤੇ ਜਿੱਦਾਂ ਇਹਨਾਂ ਨੇ ਫਿਰ ਸੌਂਗ ਨੂੰ ਉਦਾਂ ਹੀ ਥੋੜਾ ਬਣਾਤਾ ਸੀਗਾ ਦੁਬਾਰਾ, ਫਿਰ ਉਹੀ ਚੀਜ਼ ਆਉਣ ਲੱਗ ਗਈ ਸੀਗੀ। ਮੈਨੂੰ ਮਤਲਬ ਸੈਡ ਸੌਂਗ ਬਹੁਤ ਪਸੰਦ ਹੈ, ਮੈਨੂੰ ਪੂਰੇ ਸੈਡ ਸੌਂਗ ਐਂਡ ਤੱਕ ਸੈਡ ਹੀ ਹੋਏ ਫਿਰ ਮਜ਼ਾ ਆਉਂਦਾ। ਹਾਂ ਵੈਸੇ ਮੇਰੀ ਪਰਸਨਲ ਓਪੀਨੀਅਨ ਇਹ ਹੈ ਕਿ ਐਮਾ ਬੇਗ ਵੀ ਬਹੁਤ ਘੈਂਟ ਗਾਉਂਦੀ ਹੈ, ਉਹਦੇ ਵੀ ਬੜੇ ਸੁਪਰ ਹਿੱਟ ਸੌਂਗਸ ਆ, ਪਰ ਅੱਜ ਮੇਰੇ ਖਿਆਲ ਜੇਕਰ ਇਹ ਸੌਂਗ ਨੂੰ ਇਕੱਲਾ ਰਾਜ ਫਤਿਹ ਅਲੀ ਖਾਨ ਹੀ ਗਾਉਂਦੇ ਨਾ ਹਨਾ, ਤੇ ਉਹ ਜ਼ਿਆਦਾ ਘੈਂਟ ਲੱਗਣਾ ਸੀ ਮੇਰੇ ਅਕੋਰਡਿੰਗਲੀ। ਇਹਨੇ ਰਿਵਾਜ ਵੀ ਸੋਹਣੀ ਹੈ। ਸੋਹਣੀ ਤਾਂ ਹੈ, ਨੋ ਡਾਊਟ ਸੋਹਣੀ ਹੈ, ਕਿਉਂਕਿ ਇਹ ਵੀ ਬਹੁਤ ਵਧੀਆ ਆਰਟਿਸਟ ਆ। ਇਹ ਉਹੀ ਨੇ ਜਿਹਦੇ ਨਾਲ ਪੇਂਟਰ ਨੇ ਸੌਂਗ ਗਾਇਆ ਸੀ, ਜਿਨ੍ਹਾਂ ਨੂੰ ਜਿਨ੍ਹਾਂ ਨੇ ਗਵਾਇਆ ਸੀ ਇਹਦੇ ਨਾਲ। ਸੁਣਿਆ ਨਹੀਂ ਨਾ, ਇਕੱਲੇ ਤਾਂ ਸੁਣਿਆ ਨਹੀਂ, ਆਪਾਂ ਇਹਨਾਂ ਦੇ ਅੱਗੇ ਵੀ ਸੌਂਗ ਤੇ ਰਿਐਕਸ਼ਨ ਬਣਾਏ ਆ। ਹਾਂ ਇੱਕ ਅੱਧੀ ਵੇਖੀ ਮੈਂ, ਨਹੀਂ ਜ਼ਿਆਦਾ ਵੇਖੀ। ਓਕੇ ਤੁਸੀਂ ਜ਼ਿਆਦਾ ਨਹੀਂ, ਮੈਨੂੰ ਪਤਾ ਹੈ। ਹਾਂਜੀ, ਸੋ ਉਸ ਤੋਂ ਬਾਅਦ ਜਿਵੇਂ ਮੈਂ ਕਹਿ ਰਿਹਾ ਸੀ, ਜੇ ਰਾਹਤ ਫਤਿਹ ਅਲੀ ਖਾਨ ਇਕੱਲੇ ਇਹ ਸੌਂਗ ਨੂੰ ਗਾਉਂਦੇ ਨਾ, ਤੇ ਇਹਨਾਂ ਨੇ ਬਹੁਤ ਘੈਂਟ ਗਾਉਣਾ ਸੀਗਾ। ਮਤਲਬ ਹੁਣ ਵੀ ਅਫਕੋਰਸ ਗਾਇਆ, ਆਈ ਮੀਨ ਟੂ ਸੇ ਜੋ ਮੈਨੂੰ ਪਰਸਨਲੀ ਲੱਗਦਾ ਵੀ ਇਹਨਾਂ ਜਚੂਆ, ਮੈਨੂੰ ਪਤਾ ਨਹੀਂ ਇਹਨਾਂ ਨੇ ਕਿਹੜੇ ਗਾਣੇ ਗਾਏ ਹੈ ਬੇਗ ਨੇ, ਵੀ ਮੈਨੂੰ ਇਹਦਾ ਸੌਂਗ ਇੱਕ ਅੱਧਾ ਸੁਣਿਆ, ਮੈਂ ਜ਼ਿਆਦਾ ਨਹੀਂ ਸੁਣਿਆ। ਮੈਨੂੰ ਐਂ ਸੌਂਗ ਤਾਂ ਮੈਨੂੰ ਵੀ ਵੈਸੇ ਕੋਈ ਯਾਦ, ਪਰ ਆਪਾਂ ਸੁਣੇ ਆ। ਤੇ ਰਾਹਤ ਫਤਿਹ ਅਲੀ ਖਾਨ ਜਦੋਂ ਵਿੱਚ ਸਰਗਮਾ ਐਡ ਕਰਦੇ ਆ ਨਾ, ਉਹਦੇ ਵਿੱਚੋਂ ਜਿਹੜੀ ਉਹ ਗਿਟਾਰ ਕੰਮ ਰਬਾਬ ਸੀਗੀ, ਉਹ ਬਹੁਤ ਘੈਂਟ ਚੀਜ਼ ਲੱਗੀ। ਸਾਨੂੰ ਇੰਸਟਰੂਮੈਂਟ ਦਾ ਨਾਮ ਨਹੀਂ ਪਤਾ ਉਹਦਾ, ਬਟ ਉਹਦੀ ਜਿਹੜੀ ਆਵਾਜ਼ ਨਿਕਲ ਕੇ ਆ ਰਹੀ ਸੀ ਨਾ, ਉਹ ਬੜੀ ਇੱਕ ਪੀਸਫੁਲ ਜਿਹਦੇ ਰੋਮੈਂਟਿਕ ਜੀ ਲੱਗ ਰਹੀ ਸੀ ਨਾ, ਉਹ ਬੜੇ ਮਤਲਬ ਕਿ ਬੜਾ ਸੁਣਨ 'ਚ ਬਹੁਤ ਵਧੀਆ ਲੱਗ ਰਹੀ ਸੀ ਹਨਾ। ਓਕੇ ਸੋ ਨੈਕਸਟ ਪੁਆਇੰਟ ਹੈਗਾ ਇਹਨਾਂ ਦਾ ਜਿਹੜਾ ਸਟੂਡੀਓ ਦਾ ਸੈਟਅਪ ਹੁੰਦਾ ਉਹ, ਇਹ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਇਹ ਸੌਂਗ ਦੇ ਜਿਹੜੇ ਸੌਂਗ ਦਾ ਮਤਲਬ ਜਿਹੜੀ ਫੀਲ ਹੁੰਦੀ ਆ ਉਹਦੇ ਅਕੋਰਡਿੰਗਲੀ ਇਹ ਜਿਹੜਾ ਸਟੂਡੀਓ ਨੂੰ ਸਜਾ ਲੈਂਦੇ ਆ। ਲਾਈਕ ਜਿਵੇਂ ਅੱਜ ਥੋੜ੍ਹਾ ਰੋਮੈਂਟਿਕ ਜਿਹਾ ਸੌਂਗ ਸੀ, ਪਿੱਛੇ ਇਹਨਾਂ ਨੇ ਉੱਪਰ ਲਾਈਟਸ ਲਗਾਤੀਆਂ, LED ਬੱਲਬ ਛੋਟੇ ਛੋਟੇ ਹਨਾ, ਬਲੂ ਕੰਬੀਨੇਸ਼ਨ ਵਿਦ ਬਲੈਕ, ਉਹ ਚੀਜ਼ ਅੱਛੀ ਲੱਗਦੀ ਹੈ। ਵੈਸੇ ਇਹਨਾਂ ਦਾ ਥੀਮ ਜਿਹੜਾ ਕਲਰ ਹੈਗਾ ਉਹ ਰੈੱਡ ਵਾਈਟ ਆ, ਬਟ ਅੱਜ ਇਹਨਾਂ ਨੇ ਬਲੂ ਵਿੱਚ ਉੱਤੇ ਉਹ ਕੀਤੀ ਚੀਜ਼, ਉਹ ਮੈਨੂੰ ਅੱਛੀ ਲੱਗੀ ਹਨਾ। ਅਤੇ ਬਾਕੀ ਕੁੱਲ ਮਿਲਾ ਕੇ ਦੇਖਿਆ ਜਾਵੇ ਸੌਂਗ ਇਜ਼ ਔਸਮ, ਬਹੁਤ ਘੈਂਟ ਲੱਗਾ ਸਾਨੂੰ। ਤੁਹਾਨੂੰ ਕਿੱਦਾਂ ਲੱਗਾ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਪੰਜਾਬੀ ਰੀਲ ਟੀ ਵੀ ਆਪਣਾ ਇੰਸਟਾਗ੍ਰਾਮ ਦਾ ਹੈਂਡਲ ਹੈ ਫੋਲੋ ਕਰਕੇ ਰਿਕੁਐਸਟ ਕਰ ਸਕਦੇ ਹਾਂ ਕੋਈ ਵੀ। ਅਤੇ ਅਸੀਂ ਹੁਣ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।